ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ ਸਾਰਿਆਂ ਦਾ? ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਪਹਿਲਾਂ ਤਾਂ ਵੀਰ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ, ਸਕਰੀਨ ਦੇ ਉੱਤੇ ਲਿਖਿਆ ਆ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਠੀ ਵੇਚਣੀ ਹੈ ਤੇ ਉਹਦੀ ਐਡ ਆਪਣੇ ਚੈਨਲ ਤੇ ਕਰਵਾਉਣੀ ਹੈ ਵੇਚਣ ਖਾਤਰ, ਤਾਂ ਵੀਰ ਜਿਹੜਾ ਨੰਬਰ ਸਕਰੀਨ ਤੇ ਲਿਖਿਆ ਹੁੰਦਾ, ਇਸ ਨੰਬਰ ਤੇ ਘੱਟੋ ਘੱਟ 10-12 ਕੋਠੀ ਦੀਆਂ ਫੋਟੋ ਖਿੱਚ ਕੇ ਭੇਜ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਭੇਜ ਦਿਓ, ਜਾਂ ਫਿਰ 3 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ, ਤੇ ਆਪਾਂ ਤੁਹਾਡੀ ਐਡ ਆਪਣੇ ਚੈਨਲ ਤੇ ਕਰ ਦਾਂਗੇ ਤੇ ਬਹੁਤ ਹੀ ਜਲਦ ਤੁਹਾਡੀ ਜਿਹੜੀ ਕੋਠੀ ਆ ਉਹ ਵਿਕ ਜੂ। ਤੇ ਬੇਨਤੀ ਹੈ ਜੀ ਸਾਰੇ ਵੀਰਾਂ ਨੂੰ, ਇੱਕ ਵੀਰ ਜਦੋਂ ਤੁਸੀਂ ਕੋਠੀ ਭੇਜ ਦਿਓ ਤੇ ਜਿਹੜੀ ਉਹਦੀ ਜਾਣਕਾਰੀ ਹੈ ਉਹ ਸਾਰੀ ਭੇਜਿਆ ਕਰੋ ਜੀ। ਤੇ ਹੁਣ ਆਪਾਂ ਕੋਠੀ ਦੀ ਗੱਲ ਕਰਾਂਗੇ, ਵੀਡੀਓ ਦੀ ਗੱਲ ਕਰਦੇ ਹਾਂ ਜੀ, ਸਟਾਰਟ ਕਰਦੇ ਹਾਂ ਆਪਣੀ ਵੀਡੀਓ। ਤੇ ਅੱਜ ਆਪਣੇ ਕੋਲ ਇੱਕ ਕੋਠੀ ਆਈ ਹੈ ਜੀ, ਸਾਰੀ ਤਿਆਰ ਹੈ ਜੀ, ਤੇ ਫੋਟੋਆਂ ਵੀ ਇਹਨੇ ਪਹਿਲਾਂ ਦੀ ਭੇਜੀਆਂ ਤੇ ਹੁਣ ਆਹ ਕੋਠੀ ਸਾਰੀ ਤਿਆਰ ਹੈ A to Z। ਤੇ ਜਿੰਨਾ ਜੋੜੀਆਂ ਜੁੜੀਆਂ ਦਾ ਕੰਮ ਹੁੰਦਾ ਸਾਰਾ ਵੀਰ ਨੇ ਕਰਵਾ ਰੱਖਿਆ, ਤੇ ਉੱਪਰਲੀ ਸਾਈਡ ਗ੍ਰਿਲ ਲੱਗੀ ਹੋਈ ਹੈ, ਪੌੜੀਆਂ ਚੜ੍ਹਦੀਆਂ, ਤੇ ਪੂਰੀ ਸ਼ੌਂਕ ਨਾਲ ਕਿਚਨ ਤਿਆਰ ਕਰਵਾਇਆ ਹੋਇਆ ਹੈ, ਤੇ ਪੂਰੀ ਵਧੀਆ ਕੋਠੀ ਆ। ਕਿਸੇ ਵੀ ਨੇ ਦੇਖਣੀ ਹੋਵੇ ਤਾਂ ਕੋਠੀ ਵੀ ਰਹਾ ਜਲੰਧਰ ਏਰੀਆ 'ਚ ਪੈ ਜਾਂਦੀ ਹੈ। 2 ਬੈਡਰੂਮ ਨੇ, 2 ਬਾਥਰੂਮ ਨੇ, ਤੇ ਲੋਬੀ ਹੈ ਜੀ, ਤੇ ਕਾਰ ਪਾਰਕਿੰਗ ਲਈ ਬਣੀ ਹੋਈ ਹੈ ਥਾਂ, ਤੇ ਬਾਕੀ ਅੰਦਰ ਬਾਹਰੋਂ ਫੋਟੋ ਆ ਰਹੀਆਂ ਤੁਸੀਂ ਦੇਖ ਹੀ ਰਹੇ ਹੋ। ਪੂਰੀ ਸੋਹਣੀ ਕੋਠੀ ਹੈ, ਕਿਸੇ ਵੀ ਨੇ ਖਰੀਦਣੀ ਹੋਵੇ ਤਾਂ ਮਾਲਕ ਵੀਰ ਨੂੰ ਫੋਨ ਕਰ ਸਕਦੇ ਹੋ, ਨੰਬਰ ਨੋਟ ਕਰ ਲਓ ਮਾਲਕ ਵੀਰ ਦਾ, 98146 ਤੇ 46624। ਤੇ ਡਿਮਾਂਡ ਵੀ ਇਹਨੇ ਦੱਸੀ ਨਹੀਂ, ਰੇਟ ਦੱਸਿਆ ਨਹੀਂ, ਰੇਟ ਤੁਸੀਂ ਫੋਨ ਤੇ ਪੁੱਛ ਸਕਦੇ ਹੋ। ਤੇ ਬੇਨਤੀ ਹੈ ਜੀ ਸਾਰੇ ਵੀਰਾਂ ਨੂੰ, ਇੱਕ ਵੀਰ ਜਿਹੜਾ ਰੇਟ ਹੁੰਦਾ ਉਹ ਜ਼ਰੂਰ ਦੱਸਿਆ ਕਰੋ। ਤੇ ਆਪਣਾ ਨਵਾਂ ਚੈਨਲ ਆ ਵੀਰ, ਤੇ ਸਪੋਰਟ ਕਰਿਆ ਕਰੋ ਜੀ, ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਊਗਾ ਜੀ ਤੇ ਸਬਸਕ੍ਰਾਈਬ ਲਿਖਿਆ, ਉਹਨੂੰ ਕਲਿੱਕ ਕਰ ਦਿਓ, ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਆਲ ਤੇ ਸੈੱਟ ਕਰਕੇ ਕਲਿੱਕ ਕਰ ਦਿਓ। ਤੇ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਟਾਈਮ ਤੁਹਾਡੇ ਕੋਲੇ ਮੈਸੇਜ ਵਗ ਜੂਗਾ, ਤੇ ਉਸੇ ਟਾਈਮ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ। ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਆ ਕਰੋ ਵੀਰ, ਬਹੁਤ ਮਿਹਨਤ ਲੱਗਦੀ ਹੈ ਯਾਰ, ਤੇ ਤੁਹਾਡੇ ਕਰਕੇ ਕਰਦਿਆਂ ਜੀ। ਤੇ ਬਹੁਤ ਸਾਰੇ ਆਪਾਂ ਨੂੰ ਕਮੈਂਟ ਵੀ ਆਉਂਦੇ ਹੁੰਦੇ ਆ ਕਿ ਕੋਠੀ ਦੀ ਵੀਡੀਓ ਲੈ ਕੇ ਆਓ ਜੀ, ਇੱਥੇ ਕੋਠੀ ਲਿਆਓ ਜਲੰਧਰ 'ਚ। ਤੇ ਭਰਾ ਮਿਹਨਤ ਲੱਗਦੀ ਹੈ, ਕਮੈਂਟ ਕਰਿਆ ਕਰੋ ਜ਼ਰੂਰ, ਦੱਸਿਆ ਕਰੋ, ਆਪਦੀ ਰਾਏ ਜ਼ਰੂਰ ਦਿਆ ਕਰੋ, ਤੇ ਲਾਈਕ ਜ਼ਰੂਰ ਕਰ ਦਿਆ ਕਰੋ, ਕੁਛ ਨਹੀਂ ਜਾਂਦਾ ਜੀ, ਸਬਸਕ੍ਰਾਈਬ ਲਾਈਕ ਜ਼ਰੂਰ ਕਰਿਆ ਕਰੋ। ਤੇ ਅੱਜ ਲਈ ਬਾਕੀ ਇੰਨਾ ਹੀ, ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਦੱਸਿਓ ਜ਼ਰੂਰ, ਤੇ ਮਿਲਦੇ ਹਾਂ ਵੀਰ ਜਲਦੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਤੇ ਨਵੀਂ ਕੋਠੀ ਦੇ ਨਾਲ, ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਸ਼ੇਅਰ ਮਾਰ ਦਿਓ ਵੀਡੀਓ ਨੂੰ, ਸ਼ੇਅਰ ਕਰਨਾ ਨਾ ਭੁੱਲਿਓ।